सत श्रीकाल। माई सेल्फ डॉक्टर परविंदर, वेटनरी ऑफिसर, एनिमल हस्बेंड्री डिपार्टमेंट, पंजाब। फार्मरां दियां मुश्किलां नूं देखदे हुए, जिहड़ियां उहनां नूं अजकल क्योंकि लॉकडाउन दा पीरियड हैगा ते कोरोना वायरस करके फार्मर्स जिहड़े ने उहनां दियां फ्री मूवमेंट्स नहीं हैगियां, ते इस करके जिहड़ी ये उहनां वास्ते थोड़ियां जिहियां टिप्स हैगियां ने जिन्हां तों वह देख के अपना कुछ होम रेमेडी कुछ अपने लैवल ते थोड़ा बहुता ते बाकी उहनां ही जिहड़े साइन ने दस के डॉक्टर साहब नूं ਉਹਦਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਵਧੀਆ ਤਰੀਕੇ ਦੇ ਨਾਲ ਲੈ ਸਕਦੇ ਨੇ। ਸੋ ਜਿਹੜਾ ਮੇਰਾ ਟੋਪਿਕ ਹੈਗਾ ਉਹ ਹੈਗਾ ਹਾਈਪੋਥਰਮੀਆ। ਹਾਈਪੋਥਰਮੀਆ ਬੇਸਿਕਲੀ ਇਹਦਾ ਜਿਹੜੀ ਇਹਨੂੰ ਕਿਹਾ ਜਾਂਦਾ ਹੈ ਕਿ ਐਨੀਮਲ ਦਾ ਜਿਹੜਾ ਓਰਿਜਨਲ ਐਕਚੁਅਲ ਬੋਡੀ ਟੈਂਪਰੇਚਰ ਹੁੰਦਾ ਉਹਦੇ ਤੋਂ ਜਦੋਂ ਉਹਦਾ ਬੋਡੀ ਟੈਂਪਰੇਚਰ ਘੱਟ ਜਾਵੇ ਤਾਂ ਉਹਨੂੰ ਹਾਈਪੋਥਰਮੀਆ ਕਿਹਾ ਜਾਂਦਾ। ਜਿਵੇਂ ਸਾਡੇ ਡੇਰੀ ਐਨੀਮਲਸ ਹੈਗੇ ਨੇ ਉਹਨਾਂ ਦਾ ਬੋਡੀ ਟੈਂਪਰੇਚਰ ਜਿਹੜਾ ਨੋਰਮਲੀ 101 ਤੋਂ ਲੈ ਕੇ 0.5 ਟੂ 102.5, ਅਤੇ ਜਿਹੜੇ ਛੋਟੇ ਜਾਨਵਰ ਹੁੰਦੇ ਨੇ ਜਿਵੇਂ ਕਿ ਉਹਨਾਂ ਦਾ ਟੈਂਪਰੇਚਰ ਕਈ ਵਾਰੀ 103 ਵੀ ਨੋਰਮਲ ਮੰਨਿਆ ਜਾਂਦਾ ਹੈ। ਸਿਮੀਲਰਲੀ ਜਿਹੜੇ ਸ਼ੀਪ ਗੋਟ ਨੇ ਇਹ ਵੀ 101 102 ਨੋਰਮਲ ਟੈਂਪਰੇਚਰ, ਅਤੇ ਜਿਹੜੇ ਇਹਨਾਂ ਦੇ ਬੱਚੇ ਹੈਗੇ ਨੇ ਉਹਨਾਂ ਦਾ 103 ਤੱਕ ਨੋਰਮਲ ਟੈਂਪਰੇਚਰ ਜੇ ਬੋਡੀ ਟੈਂਪਰੇਚਰ ਚਲਾ ਜਾਵੇ ਤਾਂ ਕਈ ਵਾਰੀ ਉਹਨੂੰ ਅਸੀਂ ਨੋਰਮਲ ਹੀ ਮੰਨਦੇ ਹਾਂ। ਜਦੋਂ ਇਸ ਨੋਰਮਲ ਬੋਡੀ ਟੈਂਪਰੇਚਰ ਤੋਂ ਟੈਂਪਰੇਚਰ ਘੱਟ ਕੇ ਥੱਲੇ ਚਲਾ ਜਾਂਦਾ ਹੈ, 100 ਤੋਂ ਥੱਲੇ ਚਲਾ ਜਾਵੇ, ਲਾਈਕ 99 ਡਿਗਰੀ ਫੈਰਨਹੀਟ ਹੋ ਜਾਏ ਜਾਂ ਉਸ ਤੋਂ ਵੀ ਥੱਲੇ ਚਲਾ ਜਾਂਦਾ ਟੈਂਪਰੇਚਰ, ਅਤੇ ਇਹ ਐਨੀਮਲ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੋ ਜਾਂਦਾ। ਇਹਦੇ ਕਰਕੇ ਜਿਹੜਾ ਇਹ ਬੇਸਿਕਲੀ ਇਹ ਟੈਂਪਰੇਚਰ ਐਵੇਂ ਥੱਲੇ ਕਿਉਂ ਜਾਂਦਾ ਹੈ, ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਹਾਈ ਟੈਂਪਰੇਚਰ ਹੁੰਦਾ, ਹਾਈ ਟੈਂਪਰੇਚਰ ਹੋਇਆ ਅਤੇ ਉਹਦਾ ਰੀਜ਼ਨ ਆਪਾਂ ਨਾ ਜਾਣਦੇ, ਕਈ ਵਾਰੀ ਕਿਸ ਇਹ ਆਪਾਂ ਜਾਣਦੇ ਨਹੀਂ ਹੈ ਕਿ ਕੀ ਕਾਰਨ ਹੈ ਕਿਉਂ ਟੈਂਪਰੇਚਰ ਹੋਇਆ। ਅਤੇ ਅਸੀਂ ਫਾਰਮਰਸ ਨੂੰ ਪਤਾ ਹੁੰਦਾ ਕਿ ਇਹ ਵਾਲੀਆਂ ਦਵਾਈਆਂ ਜਿਹੜੀਆਂ ਨੇ ਇਹਦੇ ਨਾਲ ਟੈਂਪਰੇਚਰ ਘੱਟ ਜਾਂਦਾ ਤਾਂ ਉਹ ਡੋਜ਼ ਉਹਦੀ ਦੇ ਦਿੰਦੇ ਨੇ ਆਪਣੇ ਲੈਵਲ 'ਤੇ, ਕਈ ਵਾਰੀ ਐਂਟੀਬਾਇਓਟਿਕਸ ਵੀ ਦੇ ਦਿੰਦੇ ਆ ਨਾਲ, ਕਈ ਵਾਰੀ ਨਹੀਂ ਵੀ ਜ਼ਰੂਰਤ ਹੁੰਦੀ ਪਰ ਫਾਰਮਰ ਨੂੰ ਇਹ ਗੱਲ ਡਿਸਾਈਡ ਨਹੀਂ ਉਹ ਕਰ ਪਾਉਂਦਾ, ਅਤੇ ਉਹ ਐਨੀਮਲ ਕਿਉਂਕਿ ਉਹਦੇ ਬੜੇ ਉਹਨੂੰ ਕੋਸਟਲੀ ਹੁੰਦੇ ਨੇ ਅਤੇ ਇਸ ਕਰਕੇ ਉਹ ਆਪਣੀ ਜੋ ਵੀ ਉਹਦੇ ਕੋਲ ਨੌਲੇਜ ਉਹਦੇ ਆਪਣੀ ਨੌਲੇਜ ਦੇ ਹਿਸਾਬ ਦੇ ਨਾਲ ਟ੍ਰੀਟਮੈਂਟ ਕਰ ਦਿੰਦਾ, ਅਤੇ ਉਹਦੇ ਕਰਕੇ ਟੈਂਪਰੇਚਰ ਪਹਿਲਾਂ ਤਾਂ ਵਧਿਆ ਹੁੰਦਾ ਫਿਰ ਉਹ ਟੈਂਪਰੇਚਰ ਘੱਟ ਜਾਂਦਾ। ਅਤੇ ਐਨੀਮਲ ਜਿਹੜਾ ਹੈਗਾ ਔਫ ਫੀਡ ਤਾਂ ਉਹ ਪਹਿਲਾਂ ਹੀ ਚੱਲ ਰਿਹਾ ਹੁੰਦਾ ਅਤੇ ਜਦੋਂ ਟੈਂਪਰੇਚਰ ਘੱਟ ਜਾਂਦਾ ਅਤੇ ਫਿਰ ਉਹ ਨਾਲ ਦੀ ਨਾਲ ਸੁਸਤ ਵੀ ਹੋ ਜਾਂਦਾ। ਸੁਸਤ ਹੋਣ ਕਰਕੇ ਐਨੀਮਲ ਜਦੋਂ ਬਹੁਤ ਸੁਸਤ ਹੋ ਜਾਂਦਾ ਅਤੇ ਉਹਦੀ ਮੂਵਮੈਂਟਸ ਘੱਟ ਜਾਂਦੀਆਂ ਨੇ, ਉਹ ਬੈਠ ਜਾਂਦਾ। ਠੀਕ ਹੈ, ਜੇ ਬੈਠੇ ਵੀ ਨਾ ਤਾਂ ਮਤਲਬ ਕਿ ਡਲ ਡਿਪਰੈਸ ਅਤੇ ਸੁਸਤ ਜਿਹਾ ਹੋ ਜਾਏਗਾ, ਅਤੇ ਉਹਦੇ ਨਾਲ ਕੀ ਹੋਏਗਾ ਬੋਡੀ ਐਨੀਮਲ ਖਾ ਵੀ ਨਹੀਂ ਰਿਹਾ ਕੁਛ, ਖਾਣ ਨਾ ਖਾਣ ਕਰਕੇ ਜਿਹੜੀ ਉਹਦੀ ਬੋਡੀ ਦੀ ਸ਼ੂਗਰ ਲੈਵਲ ਹੈਗਾ ਉਹ ਘੱਟ ਜਾਂਦਾ। ਅਤੇ ਜਦੋਂ ਸ਼ੂਗਰ ਲੈਵਲ ਘੱਟ ਗਿਆ ਉਹਨੂੰ ਕਹਿੰਦੇ ਆ ਹਾਈਪੋਗਲਾਈਸੀਮੀਆ, ਲੋਅ ਸ਼ੂਗਰ, ਕਿ ਐਨੀਮਲ ਨੇ ਖਾਧਾ ਹੀ ਨਹੀਂ ਕੁਛ ਅਤੇ ਉਹਦਾ ਲੈਵਲ ਜਿਹੜਾ ਹੈ ਲੋਅ ਹੋ ਜਾਂਦਾ, ਬੋਡੀ ਲੈਵਲ ਬੋਡੀ ਸ਼ੂਗਰ ਲੋਅ ਹੋ ਜਾਂਦੀ ਹੈ ਅਤੇ ਨਾਲ ਟੈਂਪਰੇਚਰ, ਜਦੋਂ ਬੋਡੀ ਸ਼ੂਗਰ ਲੈਵਲ ਲੋਅ ਹੋ ਜਾਂਦੀ ਹੈ ਅਤੇ ਨਾਲ ਹੀ ਟੈਂਪਰੇਚਰ ਵੀ ਘੱਟ ਜਾਂਦਾ। ਠੀਕ ਹੈ, ਇਸ ਟਰਮ ਨੂੰ ਕਹਿੰਦੇ ਹਾਈਪੋਥਰਮੀਆ ਵਿਦ ਹਾਈਪੋਗਲਾਈਸੀਮੀਆ, ਸ਼ੂਗਰ ਵੀ ਘੱਟ ਗਈ ਅਤੇ ਨਾਲ ਟੈਂਪਰੇਚਰ ਵੀ ਘੱਟ ਗਿਆ। ਅਤੇ ਇਹ ਜਿਹੜਾ ਜਦੋਂ ਐਨੀਮਲ ਖਾਏਗਾ ਨਹੀਂ, ਮੂਵ ਨਹੀਂ ਕਰੇਗਾ, ਤੁਰੇ ਫਿਰੇਗਾ ਨਹੀਂ, ਅਤੇ ਉਹਦੀ ਜਿਹੜੀ ਯੀਲਡ ਹੈਗੀ ਹੈ, ਜੇ ਉਹ ਮੀਟ ਟਾਈਪ ਹੈ ਤਾਂ ਮੀਟ ਦੀ ਜਿਹੜਾ ਉਹਦੀ ਗਰੋਥ ਹੈ ਉਹ ਘੱਟ ਜਾਏਗੀ। ਠੀਕ ਹੈ, ਅਤੇ ਜੇ ਉਹ ਡੇਰੀ ਐਨੀਮਲ ਹੈਗਾ ਤਾਂ ਦੁੱਧ ਦੀ ਪ੍ਰੋਡਕਸ਼ਨ ਘੱਟ ਜਾਏਗੀ,
ਜੇ ਉਹ ਸਾਡੇ ਕੋਲ ਮੰਨ ਲਓ ਸਾਡੇ ਬਰੀਡਿੰਗ ਐਨੀਮਲ ਹੈਗੇ ਨੇ, ਸਾਨ ਹੈਗੇ ਨੇ, ਤਾਂ ਉਹਨਾਂ ਦੀ ਜਿਹੜੀ ਸੀਮਨ ਦੀ ਕੁਆਲਿਟੀ ਹੈ ਉਹ ਖਰਾਬ ਹੋ ਜਾਏਗੀ। ਠੀਕ ਹੈ, ਸੋ ਹਰ ਤਰ੍ਹਾਂ ਦੀ ਜਿਹੜੀ ਉਹਦੀ ਪ੍ਰੋਡਕਸ਼ਨ ਹੈ ਉਹਦੇ 'ਤੇ ਨੁਕਸਾਨ ਹੋਏਗਾ। ਸੋ ਮੋਟਾ ਮੋਟਾ ਫਾਰਮਰ ਵਾਸਤੇ ਇਹ ਟਿਪਸ ਹੈਗੀਆਂ ਨੇ ਕਿ ਜਦੋਂ ਵੀ ਐਨੀਮਲ ਦਾ ਐਵੇਂ ਸੁਸਤ ਹੋਵੇ, ਔਫ ਫੀਡ ਹੋਵੇ, ਤਾਂ ਸਭ ਤੋਂ ਪਹਿਲੇ ਉਹਦਾ ਤਾਪਮਾਨ ਚੈੱਕ ਕਰੋ, ਬੋਡੀ ਟੈਂਪਰੇਚਰ। ਬੋਡੀ ਟੈਂਪਰੇਚਰ ਬਹੁਤ ਸਾਰੇ ਫਾਰਮਰਸ ਨੂੰ ਤਾਂ ਲੈਣਾ ਆਉਂਦਾ ਹੈ, ਬਟ ਕਈ ਸਮਾਲ ਐਨੀਮਲ ਦੇ ਕੇਸ ਵਿੱਚ ਕਈ ਫਾਰਮਰਸ ਜਿਹੜੇ ਨੇ ਉਹ ਟੈਂਪਰੇਚਰ ਨਹੀਂ ਲੈ ਸਕਦੇ। ਉਹ ਸਿੱਧਾ ਰੈਕਟਮ 'ਚ ਥਰਮੋਮੀਟਰ ਇਨਸਰਟ ਕਰਦੇ ਆ ਅਤੇ ਸਿੱਧੇ ਹੀ ਉਹਦਾ ਟੈਂਪਰੇਚਰ ਲੈ ਲੈਂਦੇ ਆ। ਸਭ ਤੋਂ ਜਿਹੜਾ ਕੁਰੈਕਟ ਤਰੀਕਾ ਹੈਗਾ ਕਿ ਥਰਮੋਮੀਟਰ, ਕਿਉਂਕਿ ਅੱਜ ਕੱਲ੍ਹ ਤਾਂ ਵੈਸੇ ਡਿਜੀਟਲ ਥਰਮੋਮੀਟਰ ਆ ਗਏ ਨੇ, ਬਟ ਜਿਹੜਾ ਉਹਦਾ ਬਲਬ ਹੈਗਾ ਥਰਮੋਮੀਟਰ ਦਾ, ਜੇ ਦੂਸਰੇ ਥਰਮੋਮੀਟਰ ਨੇ ਤਾਂ ਉਹਨੂੰ ਪਹਿਲਾਂ ਪ੍ਰੋਪਰ ਅਸੀਂ ਇੱਦਾਂ ਸ਼ੇਕ ਕਰਦੇ ਹਾਂ, ਸ਼ੇਕ ਕਰਕੇ ਉਹਦਾ ਜਿਹੜਾ ਮਰਕਰੀ ਹੈਗਾ ਉਹਨੂੰ ਪੂਰਾ ਮਿਨੀਮਮ ਲੈਵਲ 'ਤੇ ਲੈ ਕੇ ਆਉਂਦੇ ਹਾਂ। ਠੀਕ ਹੈ, ਫਿਰ ਅਸੀਂ ਉਹਦੇ ਬਲਬ ਨੂੰ ਕਦੇ ਵੀ ਥਰਮੋਮੀਟਰ ਨੂੰ ਬਲਬ ਤੋਂ ਟੱਚ ਨਹੀਂ ਕਰਦੇ, ਪਿੱਛੋਂ ਉਹਨੂੰ ਟੇਲ ਐਂਡ ਤੋਂ ਫੜੀਦਾ ਅਤੇ ਰੈਕਟਮ 'ਚ ਇਨਸਰਟ ਕਰਦੇ ਹਾਂ। ਇਨਸਰਟ ਕਰਨ ਤੋਂ ਬਾਅਦ ਉਹਨੂੰ ਰਾਈਟ ਐਂਗਲ 'ਤੇ, ਲੈਫਟ ਸਾਈਡ, ਰਾਈਟ ਸਾਈਡ, ਅਪ ਜਾਂ ਡਾਊਨ, ਕਿਸੇ ਵੀ ਪਾਸੇ ਐਨੀਮਲ ਦੀ ਜਿਹੜੀ ਰੈਕਟਮ ਦੀ ਮਿਊਕਸ ਮੈਂਬਰੇਨ ਹੈ ਉਹਦੇ ਬਲ ਉਹਦੇ ਨਾਲ ਬਲਬ ਨੂੰ ਟੱਚ ਕਰਨਾ ਹੁੰਦਾ। ਠੀਕ ਹੈ, ਫਿਰ ਉਹਨੂੰ ਪੂਰਾ 1 ਮਿੰਟ, ਅਤੇ ਜਿਹੜਾ ਤਾਂ ਡਿਜੀਟਲ ਥਰਮੋਮੀਟਰ ਨੇ ਉਹਦੀ ਤਾਂ ਬੀਪ ਆ ਜਾਂਦੀ ਆਫਟਰ 1 ਮਿੰਟ ਕਿ ਹਾਂ ਵੀ 1 ਮਿੰਟ ਹੋ ਗਿਆ, ਅਤੇ ਅਸੀਂ ਉਹਨੂੰ ਰੀਡ ਕਰ ਲੈਂਦੇ ਹਾਂ ਅਤੇ ਉਹ ਟੈਂਪਰੇਚਰ ਹੋ ਗਿਆ। ਸੋ ਮਰਕਰੀ ਵਾਲੇ ਦੇ ਵਿੱਚ ਅਸੀਂ ਉਹਨੂੰ 1 ਮਿੰਟ ਬਾਅਦ ਕੱਢ ਕੇ ਰੀਡ ਕਰਨਾ ਹੈਗਾ। ਜੇ ਟੈਂਪਰੇਚਰ ਨੋਰਮਲ ਹੈ ਦੈਨ ਇਟਸ ਓਕੇ, ਜੇ ਵਧਿਆ ਹੋਇਆ ਤਾਂ ਦੈਨ ਫਿਰ ਵੀ ਦੇਖਣਾ ਕਿ ਕੀ ਕਰਨਾ। ਠੀਕ ਹੈ, ਹਾਈਪੋਥਰਮੀਆ, ਹਾਈਪਰਥਰਮੀਆ ਜੇ ਵਧਿਆ ਹੋਇਆ ਟੈਂਪਰੇਚਰ ਤਾਂ ਫਿਰ ਕੀ ਕਰਨਾ, ਅਤੇ ਜੇ ਘਟਿਆ ਹੋਇਆ ਤਾਂ ਫਿਰ ਕੀ ਕਰਨਾ। ਇਹ ਤੁਸੀਂ ਸਾਰੀਆਂ ਫਿਗਰਸ ਨੋਟ ਕਰ ਲੈਣੀਆਂ ਨੇ। ਅਤੇ ਜੇ ਟੈਂਪਰੇਚਰ ਘਟਿਆ ਹੋਇਆ ਹੈਗਾ ਦੈਨ ਐਨੀਮਲ ਨੂੰ ਉਸੇ ਵੇਲੇ ਉਹਦਾ ਜਿਹੜਾ ਉਹਦੀ, ਕਿਉਂਕਿ ਪਤਾ ਹੈ ਕਿ ਇਹਨੇ ਖਾਣਾ ਵੀ ਨਹੀਂ ਖਾਧਾ, ਸੋ ਜੇ ਉਹ ਰੂਟੀਨ ਫੀਡ ਜਿਹੜੀ ਵੀ ਖਾਂਦਾ ਉਸ ਤੋਂ ਡਿਫਰੈਂਟ ਕੁਝ ਇਹੋ ਜਿਹਾ ਅਸੀਂ ਦੇਈਏ ਜਿਹੜਾ ਰੈਡੀਮੇਡ ਸ਼ੂਗਰ ਹੋਵੇ, ਜਿਵੇਂ ਲਾਰਜ ਐਨੀਮਲ 'ਚ ਤਾਂ ਅਸੀਂ ਡੈਕਸਟ੍ਰੋਸਲਾਈਨ ਹੋ ਗਿਆ, ਦੈਨ ਅਸੀਂ ਮਾਈਫੈਕਸ ਲਾ ਦਿੰਦੇ ਹਾਂ, ਇਹ ਹੋ ਗਿਆ, ਜਾਂ ਰਿੰਟੋਸ ਹੋ ਗਿਆ, ਹੈ ਨਾ, ਇਹ ਡਾਇਰੈਕਟ ਸ਼ੂਗਰ ਹੈਗੀਆਂ ਨੇ। ਓਰਲੀ ਅਸੀਂ ਕੋਈ ਐਨਰਜੀ ਡਰਿੰਕਸ ਜਿਵੇਂ ਐਨਰਡਾਈਨਾ ਜਾਂ ਹੋਰ ਜਿਹੜੀਆਂ ਵੀ ਹੈਗੀਆਂ ਨੇ ਇਸ ਤਰ੍ਹਾਂ ਦੀ ਐਨਰਜੀ ਡਰਿੰਕਸ, ਪਾਣੀ 'ਚ ਪੀਣ ਵਾਲੇ ਪਾਣੀ 'ਚ ਇਲੈਕਟ੍ਰੋਲ ਪਾਊਡਰ ਪਾ ਸਕਦੇ ਹਾਂ। ਠੀਕ ਹੈ, ਅਤੇ ਇਸੇ ਤਰ੍ਹਾਂ ਅਸੀਂ ਜਿਹੜਾ ਸਾਡਾ ਘਰ ਦਾ ਹੋਮ ਰੈਮਡੀ ਹੈਗੀ ਹੈ ਉਹਦੇ ਵਿੱਚ ਅਸੀਂ ਸ਼ੱਕਰ ਹੋ ਗਈ, ਜਿਵੇਂ ਸ਼ੱਕਰ ਪਾਣੀ 'ਚ ਘੋਲ ਕੇ ਥੋੜ੍ਹਾ ਬਹੁਤ ਨਮਕ ਪਾ ਲਓ ਅਤੇ ਉਹ ਸ਼ੂਗਰ ਜਿਹੜੀ ਹੈਗੀ ਉਹ ਇੱਕ ਕਿਸਮ ਦਾ ਉਹਦਾ ਸਲਾਈਨ ਸਲਿਊਸ਼ਨ ਬਣ ਜਾਂਦਾ, ਜਿਹੜਾ ਅਸੀਂ ਡੈਕਸਟ੍ਰੋਸਲਾਈਨ ਦਿੰਦੇ ਹਾਂ, ਹੈਗੇ ਸ਼ੂਗਰ ਹੋ ਜਾਂਦੀ ਹੈ, ਸਾਲਟ ਹੋ ਜਾਂਦਾ, ਅਤੇ ਉਹਦੇ ਨਾਲ ਤੁਸੀਂ ਨੋਟ ਕਰੋਗੇ ਕਿ ਐਨੀਮਲ ਦੀ ਇੱਕਦਮ ਐਕਟੀਵਿਟੀ ਜਿਹੜੀ ਹੈਗੀ ਹੈ ਉਹਦੀ, ਜੇ ਤੁਸੀਂ ਫੇਸ਼ੀਅਲ ਐਕਸਪ੍ਰੈਸ਼ਨ ਅਬਜ਼ਰਵ ਕਰੋ ਅਤੇ ਉਸ ਜਿਹੜੀ ਐਨਰਜੀ ਡਰਿੰਕ ਹੋ ਗਈ ਜਾਂ ਅਸੀਂ ਉਹਦੀ ਇੰਟਰਾਵੀਨਸ ਕੋਈ ਫਲਿਊਡ ਦਿੱਤਾ ਹੈਗਾ ਜਾਂ ਤੁਸੀਂ ਇੰਜੈਕਟੇਬਲ ਕੋਈ ਦਿੰਦੇ ਹੋ, ਫੋਰ ਐਗਜ਼ਾਮਪਲ ਜਿਵੇਂ ਮੈਟਾਬੋਲਿਕ ਸਟੀਰੋਇਡਸ ਹੈਗੇ ਨੇ, ਜਿਸ ਤਰ੍ਹਾਂ ਡੈਕਸਾਮੀਥਾਸੋਨ ਹੈਗਾ, ਪਰ ਇਹ ਪ੍ਰੈਗਨੈਂਟ ਐਨੀਮਲ ਨੂੰ ਨਹੀਂ ਦੇਣਾ। ਠੀਕ ਹੈ, ਜਿਹੜੇ ਨੋਨ ਪ੍ਰੈਗਨੈਂਟ ਐਨੀਮਲ ਨੇ, ਬਟ ਚਲੋ ਤੁਸੀਂ ਮੈਟਾਬੋਲਿਕ ਸਟੀਰੋਇਡ ਨੂੰ ਛੱਡ ਦਿਓ, ਤੁਸੀਂ ਦੇਖੋ ਇਹਦੇ ਵਿੱਚ ਕੈਟਾਸੋਲ ਹੋ ਗਿਆ, ਉਹ ਹੈਲਪ ਕਰਦਾ, ਦੈਨ ਇਹ ਹੈਲਪ ਕਰਦਾ ਨਿਊਰੋਕਾਈਂਡ ਹੋ ਗਿਆ, ਠੀਕ ਹੈ, ਇਹ ਹੈਲਪ ਕਰੇਗਾ, ਟ੍ਰਾਈਬੀਵੈਟ, ਮਿਕੋਵੈਟ, ਇਹ ਸਾਰੇ ਇੰਜੈਕਸ਼ਨ ਜਿਹੜੇ ਨੇ ਉਹਦਾ ਬੋਡੀ ਮੈਟਾਬੋਲਿਜ਼ਮ ਵਧਾਉਂਦੇ ਨੇ, ਇਹ ਉਹਨੂੰ ਹੈਲਪ ਕਰਨਗੇ ਐਨੀਮਲ ਦੀ ਐਕਟੀਵਿਟੀ ਵਧਾਉਣ ਵਿੱਚ, ਅਤੇ ਉਹਦੀਆਂ ਜਿਹੜੀਆਂ ਫੇਸ਼ੀਅਲ ਐਕਸਪ੍ਰੈਸ਼ਨ ਹੈ ਉਹ ਐਕਟਿਵ ਹੋ ਜਾਂਦਾ ਇੱਕਦਮ ਐਨੀਮਲ। ਅਤੇ ਜੇ ਤਾਂ ਥੋੜ੍ਹੀ ਬਹੁਤੀ ਹੈਲਪ ਦੀ ਲੋੜ ਹੁੰਦੀ ਹੈ ਐਨੀਮਲ ਨੂੰ ਤਾਂ ਉਹ ਉੱਠ ਜਾਂਦਾ। ਇਹ ਮੇਰਾ ਐਕਸਪੀਰੀਅੰਸ ਹੈਗਾ ਕਿ ਮੈਂ ਦੇਖਿਆ ਕਿ ਇੱਕ ਵਾਰੀ ਕੋਈ ਫਾਰਮਰ ਇੱਕ ਛੋਟਾ ਲੈਂਬ ਲੈ ਕੇ ਆਇਆ, ਕੁੱਛੜ ਚੁੱਕ ਕੇ ਉਹਨੂੰ ਆਪਣੀ ਗੋਦੀ 'ਚ, ਅਤੇ ਸਾਡੇ ਕੋਲ ਆਇਆ ਅਤੇ ਉਹ ਕਹਿੰਦਾ ਜੀ ਇਹ ਤਾਂ ਬੈਠਾ ਹੀ ਹੈਗਾ, ਤੁਰ ਹੀ ਨਹੀਂ ਰਿਹਾ। ਅਤੇ ਅਸੀਂ ਉਹਨੂੰ, ਸਾਡੇ ਕੋਲ ਇੱਕ ਪ੍ਰੈਪਰੇਸ਼ਨ ਸੀਗੀ ORT ਕਾਫ, ਇਹ ਇਲੈਕਟ੍ਰੋਲ ਪਾਊਡਰ ਹੈ 'ਚ ਇਲੈਕਟ੍ਰੋਲਾਈਟ ਸਲਿਊਸ਼ਨ ਹੈ, ਉਹ ਅਸੀਂ ਘੋਲ ਕੇ ਉਹਨੂੰ ਬੋਟਲ ਦੇ ਨਾਲ ਫੀਡ ਕੀਤਾ। ਅਤੇ ਤੁਸੀਂ ਮੈਂ ਖੁਦ ਬਹੁਤ ਹੈਰਾਨ ਹੋਈ ਕਿ ਐਨੀਮਲ ਉਸੇ ਵੇਲੇ 1-2 ਮਿੰਟ 'ਚ ਉੱਠ ਗਿਆ ਅਤੇ ਵਾਕ ਕਰਕੇ ਆਪਣੇ ਓਨਰ ਦੇ ਨਾਲ ਆਪਣੇ ਘਰ ਗਿਆ। ਸੋ ਇਸ ਤਰ੍ਹਾਂ ਦੇ ਜਿਹੜੇ ਇਹ ਐਕਸਪੀਰੀਅੰਸ ਨੇ ਮੈਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤਾਂ ਕਿ ਤੁਹਾਨੂੰ ਹੈਲਪ ਹੋਵੇ
ਤੁਸੀਂ ਵੀ ਆਪਣੇ ਐਨੀਮਲਸ ਨੂੰ ਹਨੇਰੇ ਸਵੇਰੇ ਜਦੋਂ ਤੱਕ ਵੈਟਨਰੀ ਏਡ ਨਹੀਂ ਮਿਲਦੀ ਇਸ ਤਰ੍ਹਾਂ ਹੈਲਪ ਕਰ ਸਕਦੇ ਹੋ। ਸੋ ਕਦੇ ਵੀ ਇਹ ਨਾ ਸੋਚੋ, ਫਾਰਮਰਸ ਨੂੰ ਕਈ ਵਾਰੀ ਪੁੱਛੀਦਾ ਹਿਸਟਰੀ ਲਈ ਦੀ ਹੈ ਕਿ ਟੈਂਪਰੇਚਰ, ਉਹ ਕਹਿੰਦਾ ਜੀ ਨਹੀਂ ਜੀ ਟੈਂਪਰੇਚਰ ਤਾਂ ਨੋਰਮਲ ਹੈ, ਉਹ ਸਿਰਫ ਵੱਧ ਟੈਂਪਰੇਚਰ ਨੂੰ ਹੀ ਟੈਂਪਰੇਚਰ ਸਮਝਦਾ, ਉਹਨੇ ਕਦੇ ਨਹੀਂ ਇਸ ਗੱਲ 'ਤੇ ਉਹਨੂੰ ਪਤਾ ਹੀ ਨਹੀਂ ਹੈ ਕਿ ਜੇ ਟੈਂਪਰੇਚਰ 100 ਤੋਂ ਥੱਲੇ ਚਲਾ ਜਾਏਗਾ ਤਾਂ ਉਸਦਾ ਕਿੰਨਾ ਨੁਕਸਾਨ ਹੁੰਦਾ। ਸੋ ਇਹ ਮੇਰੀ ਜਿਹੜੀ ਅੱਜ ਦੀ ਛੋਟੀ ਜਿਹੀ ਕਲਿੱਪ ਹੈਗੀ ਹੈ, ਇਹਦਾ ਮੇਨ ਮਕਸਦ ਇਹੀ ਹੈ ਕਿ ਹਾਈਪੋਥਰਮੀਆ ਵੀ ਉਨਾ ਹੀ ਨੁਕਸਾਨਦੇਹ ਹੈ ਜਿੰਨਾ ਹਾਈਪਰਥਰਮੀਆ। ਜਿਹੜਾ ਹਾਈਪੋਥਰਮੀਆ ਕਈ ਵਾਰੀ ਜਿਹੜੀ ਆ ਟ੍ਰਿਪਾਨੋਸੋਮੀਆਸਿਸ ਡਿਜ਼ੀਜ਼ ਹੈਗੀ ਹੈ, ਇਹਦੇ 'ਚ ਐਨੀਮਲਸ ਦਾ, ਕਿਉਂਕਿ ਜਿਹੜਾ ਪੈਰਾਸਾਈਟ ਹੈ ਟ੍ਰਿਪਸ ਹੈਗੇ ਨੇ, ਇਹ ਐਕਸਟਰਾ ਸੈਲੂਲਰ ਬਾਹਰ ਰਹਿੰਦਾ ਹੈ ਗਲੂਕੋ ਉਹਦੇ ਵਿੱਚ ਬਲੱਡ RBCs ਦੇ ਬਾਹਰ, ਪਲਾਜ਼ਮਾ ਬਲੱਡ ਦੇ ਵਿੱਚ, ਅਤੇ ਇਹ ਕੀ ਕਰਦਾ ਕਿ ਇਹਦਾ ਫੂਡ ਹੈ ਗਲੂਕੋਜ਼, ਇਹ ਐਨੀਮਲ ਦੀ ਸਾਰੀ ਗਲੂਕੋਜ਼ ਖਾ ਜਾਂਦਾ ਅਤੇ ਐਨੀਮਲ ਹਾਈਪੋਗਲਾਈਸੀਮਿਕ ਹੋ ਜਾਂਦਾ, ਬੈਠ ਜਾਂਦਾ, ਠੀਕ ਹੈ, ਕਈ ਵਾਰੀ ਉਹਦੀ ਡੈਥ ਹੋ ਜਾਂਦੀ ਹੈ। ਸੋ ਹਮੇਸ਼ਾ ਐਨੀਮਲ ਜਦੋਂ ਰਿਕੰਬੈਂਟ ਹੋਵੇ, ਬੈਠਾ ਹੋਵੇ, ਉਹਦਾ ਟੈਂਪਰੇਚਰ ਚੈੱਕ ਕਰੋ ਅਤੇ ਉਹਨੂੰ ਕੋਈ ਸ਼ੂਗਰ ਸਲਿਊਸ਼ਨ ਦੇਣ ਦੀ ਕੋਸ਼ਿਸ਼ ਕਰੋ। ਹਾਈ ਟੈਂਪਰੇਚਰ 'ਚ ਅਸੀਂ ਅਵੋਇਡ ਕਰਦੇ ਹਾਂ, ਬਟ ਲੋਅ ਟੈਂਪਰੇਚਰ 'ਚ ਸ਼ੂਗਰ ਵਾਲਾ ਸਲਿਊਸ਼ਨ, ਐਨੀ ਕੋਈ ਇਲੈਕਟ੍ਰੋਲਾਈਟ ਹੋ ਗਿਆ, ਠੀਕ ਹੈ, ਕੋਈ ਜਿਹੜਾ ਗੁੜ ਹੋ ਗਿਆ, ਸ਼ੱਕਰ ਹੋ ਗਈ, ਗੰਨੇ ਦੀ ਰਸ ਹੋ ਗਈ, ਇਸ ਤਰ੍ਹਾਂ ਦੇ ਸਲਿਊਸ਼ਨ ਜਿਹੜੇ ਨੇ, ਰੈਡੀ ਐਨਰਜੀ, ਜਿਹੜੀ ਰੈਡੀਮੇਡ ਐਨਰਜੀ ਹੈਗੀ ਐਨੀਮਲ ਨੂੰ ਦਿੰਦੇ ਹਾਂ, ਤਾਂ ਉਹਦੇ ਨਾਲ ਐਨੀਮਲ ਦੀ ਜਿਹੜੀ ਐਕਟੀਵਿਟੀ ਹੈ ਉਹ ਵੱਧ ਜਾਂਦੀ ਹੈ। ਸੋ ਇਹ ਮੇਰੀ ਬੇਸਿਕ ਜੀ ਆ ਛੋਟੀ ਜਿਹੀ ਟੌਕ ਸੀਗੀ ਤੁਹਾਡੇ ਵਾਸਤੇ। ਇਹ ਸਾਰੇ ਫਾਰਮਰ ਨੋਟ ਕਰ ਲੈਣ ਕਿ ਹਮੇਸ਼ਾ ਧਿਆਨ ਰੱਖੋ, ਪ੍ਰੈਗਨੈਂਟ ਐਨੀਮਲਸ ਨੂੰ ਕਈ ਵਾਰੀ ਪ੍ਰੋਬਲਮ ਆਉਂਦੀ ਹੈ, ਠੀਕ ਹੈ, ਤਾਜ਼ੇ ਸੂਏ ਐਨੀਮਲ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ। ਸੋ ਇਹਦੇ ਲਈ ਤੁਸੀਂ ਇਹ ਧਿਆਨ ਰੱਖਣੀ ਅਤੇ ਟੈਂਪਰੇਚਰ ਕਿਸ ਤਰ੍ਹਾਂ ਲੈਣਾ, ਅਤੇ ਫਿਰ ਡਾਕਟਰ ਸਾਹਿਬ ਨੂੰ ਵੀ ਦੱਸਣਾ ਹੈਗਾ, ਜਿਹੜੇ ਤੁਹਾਡੇ ਏਰੀਏ ਦੇ ਡਾਕਟਰ ਸਾਹਿਬ ਨੇ, ਜਿਹੜੀ ਹੋਰ ਹੈਲਪ ਹੈਗੀ ਹੈ ਉਹ ਡਾਕਟਰ ਸਾਹਿਬ ਦੱਸਣਗੇ ਕਿ ਕਿਹੜਾ ਕਿਹੜਾ ਇੰਜੈਕਸ਼ਨ ਲਗਾਉਣਾ, ਕਿੰਨੀ ਡੋਜ਼ 'ਚ ਲਗਾਉਣਾ, ਕਿੰਨੇ ਦਿਨ ਲਗਾਉਂਦੇ ਰਹਿਣਾ, ਠੀਕ ਹੈ। ਹੋਪ ਕਿ ਤੁਹਾਨੂੰ ਇਹ ਮੇਰੀ ਵੀਡੀਓ ਹੈਲਪਫੁੱਲ ਹੋਏਗੀ, ਅਤੇ ਸਾਰੇ ਜਾਣੇ ਜਿਸ ਤਰ੍ਹਾਂ ਕਰੋਨਾ ਵਾਇਰਸ ਦੀ ਪ੍ਰੋਬਲਮ ਆਈ ਹੋਈ ਹੈ, ਇਹਦੇ ਵਿੱਚ ਸਾਰਿਆਂ ਨੂੰ ਜਿਹੜੀਆਂ ਪ੍ਰੀਕੋਸ਼ਨਸ ਵਰਤਣ ਲਈ ਕਿਹਾ ਗਿਆ ਹੈ ਕਿ ਮਾਸਕ ਲਗਾ ਕੇ ਰੱਖੋ। ਆ ਦੇਖੋ ਮੈਂ ਵੀ ਮਾਸਕ ਲਗਾਇਆ ਹੋਇਆ, ਠੀਕ ਹੈ, ਮਾਸਕ ਲਗਾ ਕੇ ਰੱਖੋ ਅਤੇ ਨਾਲ ਆਪਣੇ ਜਿਹੜੇ ਸੋਸ਼ਲ ਡਿਸਟੈਂਸ ਹੈਗੀ ਹੈ, ਇੱਕ ਤੋਂ ਦੂਸਰੇ ਲਈ ਡਿਸਟੈਂਸ ਬਣਾ ਕੇ ਰੱਖੋ, ਅਤੇ ਆਪਣੇ ਹੱਥ ਜਿਹੜੇ ਹੈ ਵਾਰ ਵਾਰ ਸਾਬਣ ਦੇ ਨਾਲ ਧੋਂਦੇ ਰਹੋ, ਅਤੇ ਥੈਂਕ ਯੂ ਵੈਰੀ ਮੱਚ।